ਧੀ ਹੋਏ ਜਵਾਨ ਨਾ ਤੇ ਪਿਓ ਨੂੰ ਫਿਰ ਬਹੁਤ ਯਾਰ ਨਹੀਂ ਬਣਾਉਣੇ ਚਾਹੀਦੇ। ਜਦੋਂ ਭੈਣ ਹੋਏ ਨਾ ਜਵਾਨ ਫਿਰ ਵੀਰ ਨੂੰ ਆਪਣੇ ਯਾਰਾਂ ਨੂੰ ਘਰ ਨਹੀਂ ਬੁਲਾਉਣਾ ਚਾਹੀਦਾ। ਦੁਨੀਆਂ ਦੀ ਸਭ ਤੋਂ ਖੂਬਸੂਰਤ ਤੇ ਪਿਆਰੀ ਚੀਜ਼ ਪਤਾ ਕਿਹੜੀ ਹੈ ਜੀ? ਮਾਪੇ। ਮਾਪਿਆਂ ਤੋਂ ਬਿਨਾਂ ਕੋਈ ਹੋਰ ਚੀਜ਼ ਪਿਆਰੀ ਹੈ ਹੀ ਨਹੀਂ ਜੱਗ ਦੀ, ਭਾਵੇਂ ਜਿੰਨੀਆਂ ਮਰਜ਼ੀ ਸੱਚਾ ਕਰ। ਕਿਉਂਕਿ ਮਾਪੇ ਉਹ ਚੀਜ਼ ਨੇ ਜੀ, ਸਾਡੀਆਂ ਸੌ ਗਲਤੀਆਂ ਹੋਣ ਦੇ ਬਾਵਜੂਦ ਵੀ ਸਾਨੂੰ ਕਲੇਜੇ ਨਾਲ ਲਾ ਕੇ ਰੱਖਦੇ। ਪਿਓ ਨਾ ਪੁੱਤ ਦੇ ਔਗਣਾਂ ਦੇ ਪਰਦਾ ਪਾਉਂਦਾ ਹੈ ਜੀ, ਕਦੀ ਚਾਚੇ ਤਾਏ ਨਹੀਂ ਪਾਉਂਦੇ। ਧੀ ਦੇ ਔਗਣਾਂ ਦੇ ਪਰਦਾ ਮਾਂ ਪਾਉਂਦੀ ਹੈ, ਕਦੀ ਮਾਸੀਆਂ ਦੇ ਚਾਚੀਆਂ ਨਹੀਂ ਪਾਉਂਦੀਆਂ। ਔਰਤ ਪੰਜਾਬੀ ਪਹਿਰਾਵੇ 'ਚ ਹੀ ਸੋਹਣੀ ਲੱਗਦੀ ਹੈ ਜੀ, ਕਦੀ ਜੀਨਾਂ ਨਾਲ ਫੁਲਕਾਰੀਆਂ ਫੱਪਦੀਆਂ ਨੇ। ਚੰਗੀ ਲੱਗੀ ਤਾਂ ਮੈਨੂੰ ਜ਼ਰੂਰ ਦੱਸਿਓ ਜੀ। ਰੱਬ ਰਾਖਾ ਜਿਉਂਦੇ ਵਾਸਤੇ ਰਹੋ, ਖੁਸ਼ ਰਹੋ।